गुग्गा पीर वेलफेयर सोसाइटी अड्डा होशियारपुर फाटक जालंधर की ओर से हर वर्ष की तरह इस वर्ष भी जरूरतमंद लड़कियों के 12वें सामूहिक विवाह समारोह का आयोजन किया गया, जिसमें 11 जरूरतमंद जोड़ों के विवाह करवाए गए, जिनके आनंद कारज गुरुद्वारा दोआबा श्री गुरु सिंह सभा अड्डा होशियारपुर चौक जालंधर में करवाए गए, जिसमें दैनिक सवेरा के मुख्य संपादक शीतल विज, एक्साइज विभाग से परमजीत सिंह, मेयर जगदीश राज राजा ने मुख्य अतिथि के रूप में शामिल होकर नव विवाहित जोड़ों को आशीर्वाद दिया, जबकि ज्योति चड्डा, पीयूष चड्डा और समाज सेवक राजीव दुग्गल विशेष रूप से उपस्थित हुए। इस विवाह समारोह में जरूरतमंद लड़कियों को जरूरत संबंधी सभी प्रकार का घरेलू सामान भी दिया गया। इस मौके पर अध्यक्ष राजेंद्र पाल शर्मा, जनरल सचिव मक्खन सिंह, उपाध्यक्ष सुनील मदान, कोषाध्यक्ष सतीश मल्होत्रा, वाइस चेयरमैन जीवन कुमार, एडवाइजर एस के कपूर, वरिंदर कपूर, कुलदीप भाटिया, निपुण भंडारी, विवेक मल्होत्रा, जितेंद्र मलिक सहित अन्य लोग भी मौजूद रहे। जालंधर से हलचल के लिए सुदेश भगत की रिपोर्ट। पर विरते करम दृढ़ाया बल राम जियो, वाणी ब्रह्मा वेद धर्म दृढ़ो, पापत जाया बल राम जियो, धर्म दृढ़ो हर नाम त्यावो, सिमरत नाम दृढ़ाया, सतगुर गुरु। ਸਾਡੇ ਪਰਿਵਾਰ ਦੀ ਡੀ ਟੀ ਸੀ ਸਾਹਿਬ ਨੇ, ਅਸੀਂ ਤਾਂ ਇਹਨਾਂ ਦੇ ਨਾਲ ਸੇਵਾਦਾਰ ਆਏ, ਮੇਅਰ ਸਾਹਿਬ ਅਤੇ ਮੈਂ, ਔਰ ਇਹ ਬਹੁਤ ਵੱਡਾ ਉਪਰਾਲਾ ਜਿਹੜਾ ਹੈ ਸੰਸਥਾ ਕਰਦੀ ਹੈ, ਔਰ ਇਹਦੇ ਲਈ ਸ਼ਬਦ ਹੈ ਨਹੀਂ ਕੀ ਗੱਲ ਇਹਦੇ ਲਈ ਕਹੀ ਜਾਵੇ। ਇਹਨਾਂ ਨੂੰ ਇਹਨਾਂ ਲਈ ਅਰਦਾਸ ਕੀਤੀ ਜਾ ਸਕਦੀ ਹੈ ਕਿ ਵੀ ਇਹ ਬੜ੍ਹ ਚੜ੍ਹ ਕੇ ਹਰ ਸਾਲ ਜਿਸ ਤਰ੍ਹਾਂ ਕਰਦੇ ਆ ਰਹੇ ਨੇ, ਜੋੜੇ ਮਿਲਾਉਂਦੇ ਆ ਰਹੇ ਨੇ, ਸਹਿਯੋਗ ਮਿਲਾਉਂਦੇ ਆ ਰਹੇ ਨੇ, ਬੱਚੇ ਡਿਜ਼ਰਵਿੰਗ ਬੱਚਿਆਂ ਨੂੰ ਲੱਭ ਕੇ, ਉਹ ਸਭ ਤੋਂ ਔਖਾ ਕੰਮ ਹੈ ਜਿਹੜਾ ਇਹ ਸਾਲ ਭਰ ਕਰਦੇ ਆ। ਸਾਲ ਭਰ ਦੇ ਬਾਅਦ ਫਿਰ 11 ਜੋੜੇ ਲੱਭਣਾ ਅਤੇ ਔਰ ਉਹ ਡਿਜ਼ਰਵਿੰਗ ਲੱਭਣਾ, ਇਸ ਦਾਜ ਤੋਂ ਵੀ ਵੱਡਾ ਕੰਮ ਹੈ, ਔਰ ਇਹ ਪੁੰਨ ਦਾ ਕੰਮ ਇਹ ਕਰਦੇ ਆ ਰਹੇ ਨੇ। ਇਹਨਾਂ ਨੂੰ ਬਹੁਤ ਬਹੁਤ ਵਧਾਈ, ਔਰ ਸਾਡੇ ਪਰਿਵਾਰ ਡੀ ਟੀ ਸੀ ਸਾਹਿਬ ਦਾ ਧਿਆਨ 'ਤੇ ਔਰ ਸਾਡੇ ਮੇਅਰ ਸਾਹਿਬ ਦਾ ਧਿਆਨ 'ਤੇ ਮੈਂ ਸੁਸਾਇਟੀ ਵੱਲੋਂ ਇਹਨਾਂ ਦਾ ਧੰਨਵਾਦ ਕਰਦਾ, ਕਿਉਂਕਿ ਇਹਨਾਂ ਨੇ ਇੱਥੇ ਆ ਕੇ ਕਮੇਟੀ ਦੀ ਹੌਸਲਾ ਵਧਾਈ ਕੀਤੀ ਹੈ ਔਰ ਉਹਨਾਂ ਨੂੰ ਆਸ਼ੀਰਵਾਦ ਦਿੱਤਾ। ਜੈ ਮਾਤਾ। ਅੱਜ ਮੈਂ ਦੇਖ ਰਿਹਾ ਚਿਹਰੇ ਇੰਨੀ ਖੁਸ਼ੀ ਆ, ਐਂ ਲੱਗਦਾ ਕਿ ਇਹਨਾਂ ਦੀ ਆਪਣੀਆਂ ਬੱਚੀਆਂ ਦਾ ਵਿਆਹ ਆ, ਇਹ ਸਮਾਜ ਦੀਆਂ ਬੱਚੀਆਂ ਨੂੰ ਆਪਣੀਆਂ ਬੱਚੀਆਂ ਸਮਝਦੇ ਆ, ਔਰ ਦਾਜ ਦਹੇਜ ਪੂਰਾ ਦੇ ਕੇ ਇਹ ਲੰਗਰ ਪਾਣੀ ਸਾਰਾ ਕਰਕੇ ਰੋਟੀ ਦਾ ਇੰਤਜ਼ਾਮ ਕਰਕੇ ਬਹੁਤ ਵੱਡਾ ਸਮਾਗਮ ਕਰਦੇ ਆ, ਜਿਹੜਾ ਸਰਕਾਰ ਦੇ ਪੱਧਰ ਤੋਂ ਵੀ ਉੱਚਾ ਇਹ ਕੰਮ ਕਰ ਰਹੇ ਆ, ਉਹ ਸ਼ਲਾਘਾਯੋਗ ਹੈ। ਮੈਂ ਪਰਿਵਾਰ ਨਾਲ ਦੁਆ ਕਰਦਾ ਮੈਂ ਇਹਨਾਂ ਨੂੰ ਲੰਬੀ ਉਮਰ ਦੇਵੇ ਔਰ ਤਾਕਤ ਬਖਸ਼ੇ, ਔਰ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਸਾਨੂੰ ਲੋਕਾਂ ਸਾਰਿਆਂ ਨੂੰ ਇਹਨਾਂ ਨਾਲ ਸਹਿਯੋਗ ਕਰਕੇ ਗਰੀਬ ਬੱਚਿਆਂ ਦਾ ਸਾਨੂੰ ਵਿਆਹ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ, ਆਪਣਾ ਯੋਗਦਾਨ ਪਾਉਣਾ ਚਾਹੀਦਾ। ਮੈਂ ਇੱਕ ਵਾਰ ਫਿਰ ਤੋਂ ਗੁੱਗਾ ਪੀਰ ਵੈਲ ਸੋਸਾਇਟੀ ਜਿਹੜੇ ਪ੍ਰਧਾਨ ਹੈ, ਮੈਂ ਨਾਂ ਦੀ ਤਫਸੀਲ 'ਚ ਨਾ ਜਾਂਦੇ ਹੋਏ ਮੈਂ ਪਰਮਾਤਮਾ ਦੁਆ ਕਰਦਾ ਕਿ ਇਹਨਾਂ ਮਲਹੋਤਰਾ ਸਾਹਿਬ ਦੀ ਸਭ ਤੋਂ ਜ਼ਿਆਦਾ ਜ਼ਿਆਦਾ ਸਹਿਯੋਗ ਮਲਹੋਤਰਾ ਸਾਹਿਬ ਦੇ ਸਹਿਯੋਗ ਦਾ ਸਾਰਿਆਂ ਦੇ ਸਹਿਯੋਗ ਵਿੱਚ, ਅਤੇ ਮੈਂ ਇਹ ਪਰਮਾਤਮਾ ਦੇ ਅਰਦਾਸ ਕਰਦਾ, ਬੇਨਤੀ ਕਰਦਾ ਕਿ ਇਹਨਾਂ ਨੂੰ ਹੋਰ ਲੰਬੀ ਉਮਰ ਦੇਵੇ, ਤਾਕਤ ਬਖਸ਼ੇ, ਅਤੇ ਸਾਨੂੰ ਲੋਕਾਂ ਨੂੰ ਨਾਲ ਇਹਨਾਂ ਸ਼ਾਮਿਲ ਹੋਣਾ ਚਾਹੀਦਾ। ਸਾਰੇ ਹੀ ਗੁੱਗਾ ਪੀਰ ਸੁਸਾਇਟੀ ਦੇ ਜੋ ਕਿ ਕਾਰਿਆਕਰਤਾ ਹਨ, ਉਹਨਾਂ ਸਾਰਿਆਂ ਨੂੰ ਨਮਸਕਾਰ, ਅਦਾਬ, ਸਲਾਮ ਅਤੇ ਸਤਿ ਸ਼੍ਰੀ ਅਕਾਲ ਕਰਦਾ। ਮੈਂ ਰਾਜੀਵ ਦੁੱਗਲ, ਔਰ ਜੋ ਕਿ ਅੱਜ ਜਿੱਦਾਂ ਮੇਅਰ ਸਾਹਿਬ ਨੇ ਆਪਣੇ ਦੱਸਿਆ ਕਿ ਸਮੂਹਿਕ ਵਿਆਹ ਕਰਵਾ ਰਹੇ ਨੇ, ਔਰ ਵਿਆਹ ਚਾਹੇ ਇਹ ਸਮੂਹਿਕ ਹੀ ਹਨ, ਔਰ ਜੋ ਵੀ ਇਸ ਸੰਸਥਾ ਦੇ ਪ੍ਰਧਾਨ ਸਾਹਿਬ, ਚੇਅਰਮੈਨ ਸਾਹਿਬ, ਮਲਹੋਤਰਾ ਸਾਹਿਬ, ਕਪੂਰ ਸਾਹਿਬ, ਭੰਡਾਰੀ ਸਾਹਿਬ ਔਰ ਓਮ ਸ਼ਿਵਾਏ ਵਾਲੇ ਜਿਹੜੇ ਹੈਗੇ ਨੇ ਆਪਣੇ ਸੱਜਣ, ਉਹਨਾਂ ਦੀ ਰਹਿਨੁਮਾਈ ਦੇ ਵਿੱਚ ਜੋ ਇਹ ਵਿਆਹ ਹੋ ਰਹੇ ਨੇ, ਇਹਦਾ ਨਾਮ ਜ਼ਰੂਰ ਇੱਕ ਸਮੂਹਿਕ ਵਿਆਹ ਕਿਹਾ ਗਿਆ ਆ, ਔਰ ਜੋ ਮੈਂ ਇਹਨਾਂ ਦਾ ਡਿਸਿਪਲਿਨ ਦੇਖਿਆ ਔਰ ਸਿਸਟਮ ਦੇਖਿਆ ਔਰ ਜੋ ਇਹਨਾਂ ਦੀ ਪ੍ਰਥਾ ਦੇਖੀ ਆ ਵਿਆਹ ਕਰਾਉਣ ਦੀ, ਆਪਣੀਆਂ ਧੀਆਂ ਵਾਂਗੂ ਵਿਆਹ ਕਰ ਰਹੇ ਨੇ, ਔਰ ਮੈਂ ਜੋ ਦਾਜ ਵੀ ਦੇਖ ਕੇ ਆਇਆ ਇਹਨਾਂ ਦੀ ਲਿਸਟ, ਮੇਰਾ ਖਿਆਲ ਹੈ ਕਿ ਅਸੀਂ ਲੋਕ ਵੀ ਕੋਈ ਚੀਜ਼ ਵਿੱਚੋਂ ਛੱਡ ਦੇਵਾਂਗੇ, ਔਰ ਇਹਨਾਂ ਨੇ ਜੋ ਉਹਦੀ ਲਿਸਟ ਦਿਖਾਈ ਔਰ ਲਿਸਟ ਤੋਂ ਵੱਧ ਹੈ, ਔਰ ਬੜੀ ਖੁਸ਼ੀ ਹੋਈ ਹੈ
और वाकई दोस्तों आज जो विआह दे विच जिदा मेयर साहब ने कहा आ कि सानू लोगों नू इन्हां दा योगदान देना चाहिए आ सरकारां तो वध के वाकई विआह उत्थे कहा जांदा आ विआह जी आ करता जी वो करता इन्हां ने क्या नहीं कीता आ कहिंदे कहना बड़ा सौखा आ ते करना बड़ा औखा आ और मैं अज जो ये वैलफेयर सोसायटी के सारे ही पदाधिकारी हैं उस परम पिता परमेश्वर के कोल हाथ जोड़ के यही दुआ करता कि हे परम पिता परमेश्वर वाहेगुरु इन्हां सारयां दे घरां परिवारां दे अपना मेहर भरिया हथ रखना और सानू भी इन्हां दे नाल जुड़न की बल देना बुद्धि देना सतबुद्धि देना और मैं सारी ही टीम नू लख लख बधाई।